ਪ੍ਰੋਫੈਸਰ ਪੂਰਨ ਸਿੰਘ ਦੀ ਪੁਸਤਕ ਨੌ ਲੱਖਾਂ ਹਾਰ ਤੇ ਹੋਰ ਕਹਾਣੀਆਂ ਦੀ ਕਹਾਣੀ ਹੈ ਜੈਨਸ਼ਿਰੋ ਨੋਗੁਚੀ। ਜੈਨਸ਼ਿਰੋ ਨੋਗੁਚੀ ਇੱਕ ਕਮਾਲ ਦੀ ਜਪਾਨੀ ਪ੍ਰਤਿਭਾ ਸੀ। ਉਹ ਇੱਕ ਕਵੀ, ਪੇਂਟਰ ਤੇ ਦਿਵ ਦ੍ਰਿਸ਼ਟੀ ਤੇ ਅਧਿਆਤਮਕ ਅੰਤਰਦ੍ਰਿਸ਼ਟੀ ਵਾਲਾ ਪੂਰਨ ਜਪਾਨੀ ਰਿਸ਼ੀ ਸੀ। ਉਹ ਮਾਨਵੀ ਤੇ ਦੈਵੀ ਮਸਲਿਆਂ 'ਚ ਵਿਸ਼ੇਸ਼ ਰੁਚੀ ਰੱਖਦਾ ਸੀ ਤੇ ਇਹਨਾਂ ਨੂੰ ਆਪਣੇ ਦਿਨ ਪ੍ਰਤੀ ਦਿਨ ਦੇ ਜੀਵਨ 'ਚ ਘਟਾਉਂਦਾ ਸੀ। ਉਸਦੇ ਜੀਵਨ 'ਚ ਕਵਿਤਾ ਜੀ ਰਵਾਨੀ ਤੇ ਸਵੇਰ ਸਾਰ ਮੰਦਰ 'ਚ ਸੁਣਾਈ ਦਿੰਦੀ ਝਰਨੇ ਦੀ ਮਧੁਰ ਆਵਾਜ਼ ਦੀ ਸ਼ੀਤਲਤਾ ਸੀ। ਉਹ ਟੋਕੀਓ ਦੇ ਖਜ਼ੋ ਹਿਰਾਈ ਦਾ ਗੂੜਾ ਮਿੱਤਰ ਸੀ। ਉਹਦਾ ਸਮੁੱਚਾ ਜੀਵਨ ਹੀ ਕਾਵਿਕ ਵਿਸਮਾਦ ਸੀ। ਉਹ ਸਮਝਦਾ ਸੀ ਕਿ ਮਨੁੱਖੀ ਸਰੀਰ ਦੀ ਮੂਕ ਗੁਲਾਬੀ ਭਾਅ ਤੇ ਵਿਸਮਾਦ ਦੀ ਸੁਗੰਧੀ ਤੋਂ ਬਿਨਾਂ ਸਵੈ ਪ੍ਰਗਟਾਵੇ ਦਾ ਹੋਰ ਕੋਈ ਵੀ ਢੰਗ ਸੰਪੂਰਨ ਨਹੀਂ ਸੀ। ਇਸ ਲਈ ਉਸਨੇ ਆਪਣੀ ਜ਼ਿੰਦਗੀ 'ਚ ਸਿਰਫ ਇੱਕ ਵਾਰੀ ਹੀ ਲਿਖਿਆ। ਉਹਦੀ ਲਿਖਤ ਦਾ ਵਿਸ਼ਾ ਉਹਦੇ ਆਪਣੇ ਬੱਚੇ ਦਾ ਛੋਟਾ ਜਿਹਾ ਜੀਵਨ ਸੀ, ਜਨਮ ਤੋਂ ਮੌਤ ਤੱਕ ਲਗਭਗ 2 ਸਾਲ ਦਾ ਸਮਾਂ। ਉਹਨੇ ਇਹ ਹੱਥ ਲਿਖਤ ਬੜੇ ਮਾਣ ਨਾਲ ਵਿਖਾਈ ਸੀ। ਇਹ ਸਭ ਕੁਝ ਮਨੁੱਖ ਦੇ ਛੋਟੇ ਜਿਹੇ ਬਾਲ ਬਾਰੇ ਹੈ। ਇਹ ਮਨੁੱਖ ਦੇ ਭਵਿੱਖ ਬਾਰੇ ਸ਼ੁਭ ਸੰਦੇਸ਼ ਹੈ, ਜਦੋਂ ਕਿ ਬੱਚਿਆਂ ਦਾ ਪਾਲਣ ਪੋਸ਼ਣ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਸਦਾਚਾਰਕ ਨੇਮ ਹੋਏਗਾ, ਉਹਨੇ ਕਿਹਾ। ਉਹ ਹੱਥ ਲਿਖਤ ਜੋ ਸ਼ਾਇਦ ਕਦੇ ਛਪੀ ਨਾ ਹੋਵੇ, ਨਿਰਸੰਦੇਹ ਉਹਦਾ ਸ਼ਾਹਕਾਰ ਸੀ। ਜਦੋਂ ਖੁਸ਼ੀ ਨਾਲ ਉੱਛਲਦਾ, ਆਪੇ ਵਿੱਚ ਨਾ ਸਮਾਉਂਦਾ, ਜਦੋਂ ਉਹਦੀਆਂ ਅੱਖਾਂ ਸਾਕੇ ਮਤਲਬ ਜਪਾਨੀ ਸ਼ਰਾਬ ਨਾਲ ਰੱਤੀਆਂ ਹੁੰਦੀਆਂ ਤੇ ਉਹਦੇ ਚਿਹਰੇ ਤੇ ਬੁੱਧ ਦੇ ਦੈਵੀ ਜਲਾਉ ਦਾ ਜਲਾਲ ਹੁੰਦਾ, ਤਾਂ ਉਹ ਆਪਣੇ ਬੁਰਸ਼ ਦੀਆਂ 2-3 ਛੂਹਾਂ ਨਾਲ ਇੱਕ ਤਸਵੀਰ ਬਣਾਉਣ ਲਈ ਝੁਕਦਾ ਤੇ ਉਹਦੇ ਦੂਸਰੇ ਪਾਸੇ ਚੀਨੀ ਦੀ ਇੱਕ ਚਿੱਤਰ ਲਿਪੀ 'ਚ ਇੱਕ ਹਾਈਕੂ ਜਪਾਨੀ ਕਵਿਤਾ ਦੀ ਇੱਕ ਵਨਗੀ ਹੈ। ਕਵਿਤਾ ਲਿਖਦਾ ਤੇ ਜਿਹੜਾ ਵੀ ਦੋਸਤ ਕੋਲ ਹੁੰਦਾ ਉਸੇ ਨੂੰ ਦੇ ਦਿੰਦਾ। ਇਸ ਤਰ੍ਹਾਂ ਉਹ ਆਪਣੀ ਖੁਸ਼ੀ ਲੁਟਾਉਂਦਾ। ਉਹ ਵਿਸਮਾਦੀ ਮੌਨ 'ਚ ਰਹਿੰਦਾ ਤੇ ਆਪਣੇ ਹਸਾਉਣੇ ਟੋਟਕਿਆਂ ਨਾਲ ਹਰ ਕਿਸੇ ਨੂੰ ਖੁਸ਼ ਰੱਖਦਾ। ਉਹਦੇ ਅਸਾਧਾਰਨ ਚਰਿੱਤਰ ਦੀ ਖੁਸ਼ ਮਿਜਾਜ਼ੀ ਤੇ ਸਿਆਣਪ ਉਹਦੇ ਚਿਹਰੇ ਤੋਂ ਟਪਕਦੀ। ਡੂੰਘੀਆਂ ਕਾਲੀਆਂ ਤੇ ਬਦਾਮਾਂ ਦੀ ਸ਼ਕਲ ਦੀਆਂ ਅੱਖਾਂ ਨਾਲ ਉਹਦਾ ਚਿਹਰਾ ਰੋਸ਼ਨ ਹੋਇਆ ਪਿਆ ਸੀ। ਉਹਦੀਆਂ ਅੱਖਾਂ ਜਪਾਨੀਆਂ ਦੀਆਂ ਅੱਖਾਂ ਵਰਗੀਆਂ ਨਹੀਂ ਸਨ ਲੱਗਦੀਆਂ। ਜਦੋਂ ਕਦੇ ਵੀ ਉਹ ਚਾਹੁੰਦਾ, ਉਹਦੇ ਚਿਹਰੇ ਤੇ ਮੂਕ ਹਾਵ ਭਾਵ ਵੀ ਸਰੋਤਿਆਂ ਨੂੰ ਹਸਾ ਕੇ ਦੂਰਿਆਂ ਕਰ ਦਿੰਦੇ। ਜੇ ਉਹ ਗੰਭੀਰ ਹੁੰਦਾ ਤਾਂ ਲੋਕਾਂ ਨੂੰ ਪੀੜ ਨਾਲ ਰੋਵਾ ਦਿੰਦਾ, ਪਰ ਇਸ ਦਰਦੀਲੇ ਰੌਣ 'ਚ ਉਹ ਕਦੇ ਹੀ ਆਉਂਦਾ। ਜ਼ਿੰਦਗੀ ਨੂੰ ਪੰਛੀਆਂ ਦੀ ਤਰ੍ਹਾਂ ਲੈਂਦਾ। ਉਹ ਪੰਛੀ ਜੋ ਜੀਵਨ ਨੂੰ ਉਦੋਂ ਹੀ ਦੁਖਾਂਤ ਸਮਝਦੇ ਆ ਜਦੋਂ ਭੁੱਖ ਜਾਂ ਪਿਆਸ ਨਾਲ ਮਰ ਰਹੇ ਹੋਣ, ਜਾਂ ਜਦੋਂ ਕਿਸੇ ਸ਼ਿਕਾਰੀ ਦਾ ਤੀਰ ਵਿੰਨ ਜਾਏ। ਮਿਸਟਰ ਜੈਡ ਨੋਗੁਚੀ ਤੇ ਮਿਸਟਰ ਕੇ ਹਿਰਾਈ ਦੋਵੇਂ ਬੁੱਧ ਧਰਮ ਦੇ ਨੁਮਾਇੰਦਿਆਂ ਵਜੋਂ 1893 'ਚ ਬੋਸਟਨ ਵਿਖੇ ਹੋਏ ਵੱਖ ਵੱਖ ਧਰਮਾਂ ਦੇ ਮਹਾਨ ਇਕੱਠ 'ਚ ਹਿੱਸਾ ਲੈਣ ਲਈ ਅਮਰੀਕਾ ਗਏ। ਮਿਸਟਰ ਹਿਰਾਈ ਇੱਕ ਬੁੱਧੀ ਭਿਕਸ਼ੂ ਸੀ। ਉਹਨੇ ਪ੍ਰਭਾਵਕਾਰੀ ਭਾਸ਼ਣ ਦਿੱਤੇ। ਡਾਕਟਰ ਬੈਰੋਜ਼ ਤਾਂ ਗੱਲਬਾਤ ਸਮੇਂ ਉਹਨਾਂ ਨੂੰ ਸਦਾ ਹੀ ਪ੍ਰਭਾਵਕਾਰੀ ਮਿਸਟਰ ਹਿਰਾਈ ਦਾ ਨਾਂ ਦਿੰਦੇ। ਦੂਸਰੇ ਪਾਸੇ ਮਿਸਟਰ ਨੋਗੁਚੀ ਚੁੱਪ ਚਾਪ ਰਹਿੰਦੇ। ਉਹ ਆਪਣੇ ਦੋਸਤ ਦੇ ਨਿੱਜੀ ਸਕੱਤਰ ਵਜੋਂ ਡਿਊਟੀ ਨਿਭਾਉਂਦੇ ਹੋਏ ਅਮਰੀਕਨ ਲੋਕ ਰਾਜ ਦੀ ਭਾਵਨਾ ਨੂੰ ਗ੍ਰਹਿਣ ਕਰਦੇ। ਜਿਵੇਂ ਕਿ ਉਹਨਾਂ ਮੈਨੂੰ ਦੱਸਿਆ, ਅਮਰੀਕਾ ਤੋਂ ਮੁੜਨ ਉਪਰੰਤ ਉਹਨਾਂ ਕੁੱਝ ਕਰਨ ਬਾਰੇ ਸੋਚਿਆ। ਮਿਸਟਰ ਹਿਰਾਈ ਨੇ ਛੇਤੀ ਬੋਧੀ ਭਿਕਸ਼ੂ ਦੀ ਪਦਵੀ ਤੋਂ ਤਿਆਗ ਪੱਤਰ ਦੇ ਕੇ ਮੱਠ ਛੱਡ ਦਿੱਤਾ। ਮਿਸਟਰ ਨੋਗੁਚੀ ਦੀ ਤਾਂ ਸਿਰਫ ਬੁੱਢੀ ਮਾਂ ਹੀ ਸੀ। ਅਮਰੀਕਾ ਜਾਣ ਤੋਂ ਪਹਿਲਾਂ ਉਸ 2 ਸਾਲ ਦੇ ਖਰਚੇ ਦਾ ਪ੍ਰਬੰਧ ਕਰ ਦਿੱਤਾ ਸੀ। ਉਹ ਉੱਥੋਂ 1 ਸਾਲ ਬਾਅਦ ਹੀ ਮੁੜ ਆਏ ਸਨ। ਇਸ ਤਰ੍ਹਾਂ ਇਹਨਾਂ ਦੋਸਤਾਂ ਦਾ ਹੀ ਕੋਈ ਲੱਗ ਲਬੇੜ ਨਹੀਂ ਸੀ। ਵਾਪਸੀ ਤੇ ਮਿਸਟਰ ਹਿਰਾਈ ਆਪਣੇ ਮੱਠ ਨਹੀਂ ਸੀ ਗਿਆ, ਨਾ ਹੀ ਮਿਸਟਰ ਨੋਗੁਚੀ ਆਪਣੀ ਮਾਂ ਕੋਲ ਗਿਆ ਸੀ। ਉਹਨਾਂ ਨੇ ਯਾਤਰੂ ਬਣ ਦੇਸ਼ 'ਚ ਘੁੰਮ ਕੇ ਪੇਂਡੂ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਤੇ ਆਪਣੇ ਅਮਰੀਕਾ ਦੇ ਤਜਰਬੇ ਦੱਸਣ ਦਾ ਫੈਸਲਾ ਕਰ ਲਿਆ। ਜਾਪਾਨੀ ਯਾਤਰੂ ਵੇਖਣ ਨੂੰ ਬੜੇ ਅਜੀਬ ਲੱਗਦੇ ਹਨ। ਤੇੜ ਤੰਗ ਪਹੁੰਚੇ ਦਾ ਨੀਲਾ ਪਜਾਮਾ, ਗਲ 'ਚ ਰੱਸੀ ਦੀ ਪੇਟੀ ਨਾਲ ਬੰਨਿਆ ਕਿਮਿਨੋ, ਛੋਟੀਆਂ ਪਰ ਲੰਮੀਆਂ ਬਾਹਾਂ ਵਾਲਾ ਜਾਪਾਨੀ ਪਹਿਰਾਵਾ,
ਸਿਰ ਤੇ ਰੱਸੀ ਨਾਲ ਠੋਡੀ ਦੇ ਹੇਠ ਦੀ ਕੱਸਿਆ ਕੱਖਾਂ ਦਾ ਛਤਰੀ ਨੁਮਾ ਟੋਪ, ਹੱਥਾਂ ਚ ਡੰਡਾ, ਪੈਰੀ ਕੱਖਾਂ ਦੇ ਬਣੇ ਸੈਂਡਲਾਂ ਦਾ ਜੋੜਾ ਹੁੰਦਾ ਹੈ। ਬਸ ਇੰਨਾ ਹੀ ਸਮਾਨ ਹੁੰਦਾ ਹੈ ਜੋ ਚੁੱਕੀ ਫਿਰਦਾ ਹੈ। ਉਹ ਸਾਰੇ ਮੰਦਰਾਂ ਦੀ ਪੈਦਲ ਯਾਤਰਾ ਕਰਨ ਦੀ ਸਹੁੰ ਖਾਧੀ ਹੁੰਦੀ ਹੈ। ਉਹਨੇ ਦੇਸ਼ ਦੇ ਸਾਰੇ ਮੰਦਰਾਂ 'ਚ ਜਾਣਾ ਹੁੰਦਾ ਹੈ ਤੇ ਰਸਤੇ 'ਚ ਮੰਗ ਕੇ ਗੁਜ਼ਾਰਾ ਕਰਨਾ ਹੁੰਦਾ ਹੈ। ਜੋ ਕੁਝ ਦਾਨੀ ਸੱਜਣ ਦੇ ਦੇਣ, ਉਸ ਨਾਲ ਹੀ ਸਬਰ ਕਰਨਾ ਹੁੰਦਾ ਹੈ। ਉਹ ਇੱਕ ਕਿਸਮ ਦਾ ਅਸਥਾਈ ਭਿਕਸ਼ੂ ਪੁਣਾ ਹੁੰਦਾ ਹੈ ਜੋ ਸਧਾਰਨ ਪੇਂਡੂ ਲੋਕ ਅਪਣਾਉਂਦੇ ਹਨ। ਮਿਸਟਰ ਨੋਗੁੱਚੀ ਤੇ ਹਿਰਾਈ ਨੇ ਯਾਤਰੂਆਂ ਵਾਲਾ ਭੇਸ ਧਾਰਨ ਕਰ ਲਿਆ ਸੀ ਤੇ ਭਾਸ਼ਣ ਦੇਣ ਲਈ ਸਫ਼ਰ ਤੇ ਤੁਰ ਪਏ। ਉਹਨਾਂ ਆਪਣੇ ਕਾਵਿਕ ਜੇ ਨਾਂ ਰੱਖ ਲਏ। ਸਾਰੇ ਦੇਸ਼ ਦੇ ਧੁਰ ਤੱਕ ਪੈਦਲ ਸਫ਼ਰ ਕਰਕੇ ਆਪਣੇ ਅਮਰੀਕਾ ਦੇ ਤਜਰਬੇ ਲੋਕਾਂ ਨਾਲ ਨਾਟਕੀ ਢੰਗ ਨਾਲ ਸਾਂਝੇ ਕਰਨ 'ਚ ਉਹਨਾਂ ਨੂੰ 1 ਸਾਲ ਲੱਗ ਗਿਆ। ਦੂਸਰਾ ਭਾਗ। ਲਗਭਗ 1 ਸਾਲ ਬਾਅਦ ਉਹ ਜਪਾਨ ਦੇ ਬਹੁਤ ਸਾਰੇ ਉਦਯੋਗਿਕ ਸ਼ਹਿਰ, ਬਹੁਤ ਭਾਰੇ ਉਦਯੋਗਿਕ ਸ਼ਹਿਰ ਓਸਾਕਾ ਪੁੱਜੇ। ਇੱਥੇ ਆ ਕੇ ਉਹਨਾਂ ਨੇ ਇੱਕ ਹੋਰ ਕੰਮ ਲਈ ਨਵਾਂ ਭੇਸ ਬਦਲਿਆ। ਉਹ ਦਾਨ ਦੱਛਣਾ ਤੇ ਨਿਰਭਰਤਾ ਤੋਂ ਉਕਤਾ ਗਏ ਸੀ। ਉਹ ਆਪਣੀ ਰੋਜ਼ੀ ਆਪ ਕਮਾਉਣੀ ਚਾਹੁੰਦੇ ਸੀ। ਉਹਨਾਂ ਨੇ ਸੋਡਾ ਵਾਟਰ ਤੇ ਬਰਫ਼ ਦੀ ਇੱਕ ਚਲਦੀ ਫਿਰਦੀ ਦੁਕਾਨ ਖੋਲ੍ਹ ਲਈ। ਮਿਸਟਰ ਨੋਗੁੱਚੀ ਆਪਣੀ ਸ਼ਿਕੰਜਵੀ ਦੀ ਦੁਕਾਨ ਵਹਿੰਗੀ 'ਚ ਰੱਖ ਕੇ ਮੋਢਿਆਂ ਤੇ ਚੁੱਕੀ ਫਿਰਦਾ। ਇੱਕ ਛਾਬੇ 'ਚ ਬਰਫ਼ ਤੇ ਹੋਰ ਨਿੱਕ ਸੁੱਕ ਹੁੰਦਾ ਤੇ ਦੂਜੇ ਛਾਬੇ 'ਚ ਸੋਡਾ ਵਾਟਰ ਦੀਆਂ ਲਿਸ਼ਕ ਦੀਆਂ ਬੋਤਲਾਂ ਹੁੰਦੀਆਂ। ਮਿਸਟਰ ਹਿਰਾਈ ਆਪਣੇ ਦੋਸਤ ਦੇ ਅੱਗੇ ਅੱਗੇ ਗਲੀ ਗਲੀ ਬਰਫ਼ ਬਰਫ਼ ਤੇ ਸ਼ਿਕੰਜਵੀ ਸ਼ਿਕੰਜਵੀ ਦਾ ਹੋਕਾ ਦਿੰਦਾ ਫਿਰਦਾ। ਇਸ ਤਰ੍ਹਾਂ ਕੁਝ ਸਮਾਂ ਆਪਣੇ ਗੁਜ਼ਾਰੇ ਜੋਗਾ ਕਮਾ ਲੈਂਦੇ ਰਹੇ। ਗਰਮੀਆਂ ਖਤਮ ਹੁੰਦੀਆਂ ਹੀ ਇਹਨਾਂ ਦਾਰਸ਼ਨਿਕਾਂ ਨੂੰ ਦੁਕਾਨ ਬੰਦ ਕਰਨੀ ਪਈ। ਪਰ ਆਪਣੀ ਯਾਤਰਾ ਤੇ ਇਸ ਉਪਰੰਤ ਓਸਾਕਾ ਦੇ ਸਫ਼ਰ ਸਮੇਂ ਉਹ ਕਿਰਸਾਣੀ ਸ਼੍ਰੇਣੀ ਦੇ ਬਿਲਕੁਲ ਅਨਪੜ੍ਹ ਲੋਕਾਂ ਨਾਲ ਗੂੜਾ ਸੰਬੰਧ ਸਥਾਪਿਤ ਕਰਨਾ ਲੋਚਦੇ ਰਹੇ। ਇਸ ਢੰਗ ਨਾਲ ਉਹ ਗਰੀਬ ਕਿਸਾਨਾਂ ਨੂੰ ਜੀਵਨ ਤੇ ਕਿਰਤ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਦੇਣ 'ਚ ਸਫਲ ਹੋਏ। ਤੀਸਰਾ ਭਾਗ। ਮਿਸਟਰ ਨੋਗੁੱਚੀ ਤੇ ਹਿਰਾਈ ਨਵੀਆਂ ਥਾਵਾਂ ਤੇ ਕੰਮ ਦੇ ਨਵੇਂ ਖੇਤਰਾਂ ਦੀ ਭਾਲ 'ਚ ਓਸਾਕਾ ਵਿਖੇ ਇੱਕ ਦੂਸਰੇ ਤੋਂ ਵਿਛੜ ਗਏ। ਇਸ ਤਰ੍ਹਾਂ ਜਾਪਦਾ ਸੀ ਕਿ ਉਹ ਜੀਵਨ ਦੇ ਉਜਰਤੀ ਪੱਖ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸਨ ਲੈ ਰਹੇ। ਉਹ ਬਹੁਤਾ ਸਮਾਂ ਆਪਣੇ ਆਪ ਨਾਲ ਹੀ ਰੁਚਿਤ ਰਹਿੰਦੇ। ਉਹਨਾਂ ਦੀ ਅੰਤਰ ਆਤਮਾ ਦੀ ਵਿਸਮਾਦੀ ਅਵਸਥਾ ਨੇ ਉਹਨਾਂ ਨੂੰ ਆਪਣੇ ਵਰਤਮਾਨ ਤੇ ਭਵਿੱਖ ਵੱਲੋਂ ਲਾਪਰਵਾਹ ਕਰ ਦਿੱਤਾ। ਉਹਨਾਂ ਨੂੰ ਖਾਣ ਪੀਣ ਦੀ ਵੀ ਸੁੱਧ ਨਾ ਰਹਿੰਦੇ। ਜਿਹਨੂੰ ਅਸੀਂ ਸਧਾਰਨ ਲੋਕ ਜ਼ਿੰਮੇਵਾਰੀ, ਕਰਮ ਤੇ ਕੰਮ ਦਾ ਨਾਂ ਦਿੰਦੇ ਹਾਂ, ਉਸ ਪ੍ਰਤੀ ਉਹਨਾਂ ਦਾ ਵਤੀਰਾ ਅੱਤ ਹੀ ਗੈਰ ਜ਼ਿੰਮੇਵਾਰੀ ਵਾਲਾ ਸੀ। ਦੈਵੀ ਆਨੰਦ ਨਾਲ ਸਰਸ਼ਾਰ ਉਹ ਮੱਧ ਮਤੇ ਬੋਲ ਬੋਲਦੇ ਤੇ ਆਪਣੀ ਅੰਤਰ ਆਤਮਾ ਦਾ ਪਿਆਰ ਤੇ ਹੁਲਾਰ ਬਖੇਰਦੇ, ਕਿਉਂਕਿ ਉਹਨਾਂ ਨੇ ਆਪਣੀ ਪਰਵਾਹ ਕਰਨੀ ਛੱਡਤੀ ਸੀ। ਇਸ ਲਈ ਉਹਨਾਂ ਦੀਆਂ ਸਾਰੀਆਂ ਕਿਰਿਆਵਾਂ ਕਿਸੇ ਦੈਵੀ ਸ਼ਕਤੀ ਦੁਆਰਾ ਪ੍ਰੇਰਿਤ ਸਨ, ਕਿਉਂਕਿ ਉਹਨਾਂ ਨੇ ਆਪਣਾ ਧਿਆਨ ਆਪ ਰੱਖਣਾ ਛੱਡ ਦਿੱਤਾ ਸੀ। ਦੇਵਤੇ ਹੀ ਉਹਨਾਂ ਦੀ ਦੇਖਭਾਲ ਕਰਦੇ ਸਨ। ਜਿਵੇਂ ਪੰਛੀ ਟਾਣੀ ਟਾਣੀ ਨੱਚਦੇ ਤੇ ਹਵਾ 'ਚ ਉੱਡਦੇ ਗਾਉਂਦੇ ਫਿਰਦੇ ਹਨ, ਉਵੇਂ ਇਹ ਦੋਵੇਂ ਦੋਸਤ ਪਿਆਰ ਵੰਡਦੇ ਫਿਰਦੇ। ਬੇਸ਼ੱਕ ਉਹ ਸਮੇਂ ਦਾ ਹਿਸਾਬ ਨਹੀਂ ਸਨ ਰੱਖਦੇ, ਪਰ ਹਰ ਕੰਮ ਉਹ ਨਿਯਤ ਸਮੇਂ ਤੇ ਕਰ ਲੈਂਦੇ। ਮਿਸਟਰ ਨੋਗੁੱਚੀ ਆਪਣੇ ਦੋਸਤ ਤੋਂ ਵਿਛੜਨ ਉਪਰੰਤ ਆਪਣੀ ਭੁੱਖ ਨਾਲ ਮਰਨ ਕੰਢੇ ਹੋਈ ਬੁੱਢੀ ਮਾਂ ਨੂੰ ਮਿਲਣ ਗਿਆ। ਜੋ ਕੁਝ ਉਹਨੇ ਮਾਂ ਦੇ ਗੁਜ਼ਾਰੇ ਲਈ ਦਿੱਤਾ ਸੀ ਖਤਮ ਹੋ ਗਿਆ ਸੀ। ਮਾਂ ਨੇ ਉਹਦੀ ਝਾੜ ਝੰਬ ਕੀਤੀ ਤੇ ਕਿਤੇ ਕੰਮ ਧੰਦਾ ਕਰਨ ਲਈ ਕਿਹਾ। ਸੱਚਾ ਧਰਮ ਦੁਨੀਆਂ 'ਚ ਅਵਾਰਾ ਘੁੰਮਣਾ ਨਹੀਂ ਸਿਖਾਉਂਦਾ। ਨੋਗੁੱਚੀ ਉਸ ਵੇਲੇ ਆਪਣੀ ਮਾਂ ਦੀ ਗੱਲ ਨੂੰ ਸਿਰ ਮੱਥੇ ਮੰਨ ਕੇ ਘਰੋਂ ਨਿਕਲ ਤੁਰਿਆ। 1 ਜਾਂ 2 ਘੰਟੇ ਬਾਅਦ ਹੀ ਉਹ ਦਾਲ ਨਿਪਨੀ ਰੇਲਵੇ ਦੇ ਡਾਇਰੈਕਟਰ ਨੂੰ ਉਹਦੇ ਟੋਕੀਓ ਸਥਿਤ ਦਫ਼ਤਰ 'ਚ ਮਿਲ ਰਿਹਾ ਸੀ। ਜੈਨ ਸ਼ਿਰੋ ਨੇ ਇੱਕ ਹਲੀਮ ਪ੍ਰਾਰਥਕ ਦੀ ਤਰ੍ਹਾਂ ਸਿਰ ਝੁਕਾਇਆ ਤੇ ਪੁੱਛਣ ਤੇ ਆਪਣਾ ਉਹੀ ਫਰਜ਼ੀ ਨਾਂ ਦੱਸਿਆ ਜੋ ਉਸ ਆਪਣੇ ਦੋਸਤ ਨਾਲ ਮਿਲ ਕੇ ਰੱਖਿਆ ਸੀ। ਇੱਥੇ ਇਹ ਦੱਸਣਾ ਯੋਗ ਹੋਏਗਾ ਕਿ ਉਹਨਾਂ ਦੁਆਰਾ ਅਮਰੀਕਾ 'ਚ ਕੀਤਾ ਗਿਆ ਕੰਮ ਜਪਾਨ ਦੀਆਂ ਅਖ਼ਬਾਰਾਂ ਨੇ ਬਹੁਤ ਸਲਾਹਿਆ ਸੀ ਤੇ ਇਹ ਦੋਵੇਂ ਨਾਂ ਬਹੁਤ ਹੀ ਪ੍ਰਸਿੱਧ ਹੋ ਗਏ ਸਨ। ਆਪਣੀ ਪਛਾਣ ਲੁਕਾਉਣ ਤੇ ਲੋਕਾਂ ਦੀ ਵਾਹ-ਵਾਹ ਦੇ ਝੰਝਟ ਤੋਂ ਦੂਰ ਰਹਿ ਕੇ ਦਿਨ ਗੁਜ਼ਾਰਨ ਲਈ ਉਹਨਾਂ ਨੇ ਪੂਰੀ ਤਰ੍ਹਾਂ ਭੇਸ ਬਦਲ ਲਿਆ ਸੀ। ਹਾਂ, ਤੁਸੀਂ ਰੇਲਵੇ ਦੇ ਮਹਿਕਮੇ 'ਚ ਨੌਕਰੀ ਲਈ ਅਰਜ਼ੀ ਦਿੱਤੀ ਹੈ? ਡਾਇਰੈਕਟਰ ਨੇ ਕਿਹਾ। ਹਾਂ ਜਨਾਬ, ਨੋਗੁੱਚੀ ਨੇ ਕਿਹਾ। ਤੁਹਾਡੀਆਂ ਯੋਗਤਾਵਾਂ ਕੀ ਨੇ ਤੇ ਤੁਸੀਂ ਕਿਸ ਤਰ੍ਹਾਂ ਦੀ ਨੌਕਰੀ ਚਾਹੁੰਦੇ ਹੋ? ਡਾਇਰੈਕਟਰ ਨੇ ਪੁੱਛਿਆ। ਕੋਈ ਵੀ ਨੌਕਰੀ ਦੇ ਦਿਓ ਜਨਾਬ, ਮੇਰੀ ਯੋਗਤਾ ਇਹ ਹੈ ਕਿ ਮੈਂ ਪਲੇਟਫਾਰਮ ਵੀ ਸਾਫ਼ ਕਰ ਸਕਦਾ। ਹਜ਼ੂਰ, ਜੇ ਤੁਸੀਂ ਠੀਕ ਸਮਝੋ ਤਾਂ ਮੈਨੂੰ ਇਹ ਨੌਕਰੀ ਹੀ ਦੇ ਦਿਓ।
मैं थोड़ी बहुती जापानी भी लिख लैना, माड़ी मोटी काताकाना जानदा, ते गलत मलत जी अंग्रेजी भी आउंदी है। जनाब शायद मैं कलर्की भी निभा लवा, कुछ भी चलेगा। मैं अपनी बिरध मां दे गुजारे लिए चार पैसे कमाने चाहना, मैं व्याया होया नहीं हाँ जनाब, सो मेरा कोई बहुता लांझा नहीं है, नौबुची ने कहा। डायरेक्टर ने उन्होंने सिर तो पैरों तक ते फिर पैरों तो सिर तक देखदिया कहा, तुसी बहुत समझदार आदमी जापदे हो, अपनी मां की खातर कोई भी काम करने लिए तैयार हो, प्लेटफॉर्म साफ करने लिए भी। मैं तेरे आफरे ना इस समय एक ही असामी खाली है, मैं तेनों क्योटो का स्टेशन कलर्क नियुक्त करना, की ये मंजूर है? महीने के 15 येन जापानी सिक्का मिलनगी, माफ करना इस समय कोई होर नौकरी है नहीं, मैं उम्मीद है कि तुसी हौली हौली तरक्की कर जाओगे, डायरेक्टर ने कहा। धन्यवाद मेरे हजूर, यही काफी है, मैं कह नहीं सकता कि अपने काम नाल अपने अफसर नूं खुश कर सकांगा जां नहीं, पर मैं यतन पूरा करांगा। नमस्कार श्रीमान जी, नौगुची ने कहा। नमस्कार, डायरेक्टर ने उत्तर दिता। क्योटो का स्टेशन मास्टर होमे का मारिया होया सी, वो अपने मातहतां ते रोह पाउणा जानदा सी, उस तो सब डरदे सन, ते नवां स्टेशन कलर्क भी डरदा सी। स्टेशन मास्टर नूं अपनियां चिट्ठियां नूं साहित्यक रंगण देण दी अपनी समर्था दा बड़ा गुमान सी। मिस्टर नौगुची नूं जिहड़ी चिट्ठी भी लिखण लई कहा जांदा उस विच उह दर्जना गलतियां करदा। इस तरह उह स्टेशन मास्टर दा गुमान बर्दाश्त करदा। स्टेशन मास्टर जदों चिट्ठी ठीक कर रहा हुंदा तां उहनूं गलतियां लई लांता पाउंदा, टुट टुट पैंदा, गुस्से नाल मूंह चों झग सुटदा, ते डायरैक्टर नूं वी अजिही जिम्मेवारी वाले काम लई नव सिक्ख्या नूं भेजण बारे बुरा भला कहिंदा। क्योटो दे स्टेशन ते स्टेशन मास्टर दी सियाणप दी ताक बैठी हुई सी। नौगुची नूं स्टेशन ते आया 1 साल हो गया सी, पर अजे भी उह अपने नित दे काम च गलतियां करदा। स्टेशन मास्टर दा गुस्सा उस ते वरदा। इस तरह स्टेशन मास्टर अपनी उच्ची लियाकत दा माण करके खुश हुंदा। इसे वडत्तन दी भावना विच ही स्टेशन मास्टर अपने मातहतां विच कोई भिन्न भेद ना कर सकता। कई बार वो मिस्टर नौगुची नूं अपना कमरा ते मेज साफ करने लई भी कह दिंदा। इस तों इलावा कमरा गर्म रखने लई अंगीठी विच कोले पाउण ते ला रखता। मिस्टर नौगुची नूं जो काम दे दिता जांदा उसे नूं ही वफादारी नाल करी जांदा। उहदी मंदबुद्धि तों उकता के स्टेशन मास्टर दफ्तर दा काम आप ही कर लैंदा ते नौगुची नूं छोटे मोटे काम ते लाई रखता। इस च कमरा गर्म रखने लई अंगीठी च कोले पाउणा, सुनेही लैके जाना, ते स्टेशन मास्टर दी पत्नी लई बाजारों घर दा समान ते सब्जी भाजी खरीद के लियाउणा वी हुंदा। मिस्टर नौगुची ने कदे भी बुरा नहीं सी मनाया, पर उहदे हथ ते मूंह कालक ते धुएं नाल काले हो जांदे ते इक झोका ही जापदा, कलर्क तां जापदा ही नहीं सी। चौथा भाग। क्योटो पुज्जण ते जिथे मिस्टर नौगुची ने डेरा लाया सी, इक छोटे जिहे कद दी ते कमजोर जी जापानी औरत दा घर सी। वह गरीब सी ते उम्र दी भी वड्डी सी, क्योंकि इस मेहमान दा आउणा उस बुढ़ी लई शुभ साबित होया सी। उहदी उहदा बहुत ध्यान नाल देखभाल करदी। जिस दिन मिस्टर नौगुची इस घर च आए, उसे दिन ही 2 होर मेहमान आ गए। मिस्टर नौगुची दा अंग्रेजी बोली दा ज्ञान बहुत लाभदायक साबित होया। वह एक पेंटर सी, उन्हें अपनी मकान मालकन लई कई तस्वीरां बनाईआं जो परदेसी मेहमानां नूं बहुत पसंद आईआं। हौली हौली इस स्थान च बहुत वाधा हो गया। 1 साल के अरसे उन्हां परदेसियां लई होटल का रूप धार गई, जिहड़े जापान दीआं संस्थावां ते चीज़ां वस्ता का ज्ञान प्राप्त करना लोचदे सन, ते उह भी बिना किसी दोस्त नूं विच पाया, बिना किसी दो भाषी दे। मिस्टर नौगुची मेहमानां लई साकार जापान ही सी। कई अमरीकन दोस्तां ने नौगुची नूं उत्थे पछाण लिया। ये उन्हां लई कचंबे की गल सी, मिस्टर नौगुची दे उत्थे होण करके होटल दूर दूर मशहूर हो गया। क्योटो विच्चों एक नदी लंघदी सी, उहदे पार एक पहाड़ी सी, इस तरह जापदा सी जिवें लाल रंग दे शानदार मंदिर उस पहाड़ी ते लालां वांग जड़े हुए होण। सूरज ढलण ते जदों मंदरां दीआं घंटियां वजदियां ते मिस्टर नौगुची अपनी मकान मालकण दी छोटी जी बच्ची नूं गोदी च लै के कहानियां सुणाउंदा।
ਸਭ ਤੋਂ ਵੱਧ ਰੌਚਕ ਕਹਾਣੀ ਉਹਦੀ ਆਪਣੀ ਜੀਵਨ ਕਹਾਣੀ ਹੀ ਸੀ, ਜਿਹਨੂੰ ਸੁਣ ਕੇ ਉਸ ਬੱਚੀ ਦੀ ਆਤਮਾ ਰੁਸ਼ ਨਾ ਜਾਂਦੀ। ਮਿਸਟਰ ਨਗੁੱਚੀ ਨੇ ਆਪਣੀ ਜੀਵਨ ਕਹਾਣੀ ਇੰਨੇ ਵੇਰਵੇ ਨਾਲ ਸੁਣਾਈ ਕਿ ਉਸ ਲੜਕੀ ਨੇ ਜ਼ਿੰਦਗੀ ਦਾ ਤੱਤ ਲੱਭ ਲਿਆ ਤੇ ਜਪਾਨ ਦੀ ਇੱਕ ਮਹਾਨ ਔਰਤ ਬਣਨ ਦਾ ਸੰਕਲਪ ਕੀਤਾ। ਉਹਨੇ ਆਪਣੀ ਮਾਂ ਨੂੰ ਪ੍ਰੇਰ ਲਿਆ ਤੇ ਸਕੂਲ ਜਾਣ ਲੱਗ ਪਈ। ਮਿਸਟਰ ਨਗੁੱਚੀ ਉਹਨੂੰ ਪੜ੍ਹਾਉਂਦੇ ਸਨ ਜਿਵੇਂ ਕਿ ਭਵਿੱਖਬਾਣੀ ਕੀਤੀ ਸੀ। ਉਹਨੇ ਪੜ੍ਹਾਈ 'ਚ ਬਹੁਤ ਤਰੱਕੀ ਕੀਤੀ ਤੇ ਆਪਣੀ ਕਲਾਸ ਵਿੱਚ ਵੀ ਚਮਕੀ। ਕੁਮਾਰੀ ਯੁਵਾ ਸਾਸਨ ਬਾਅਦ ਵਿੱਚ ਟੋਕੀਓ ਦੀ ਔਰਤਾਂ ਦੀ ਯੂਨੀਵਰਸਿਟੀ 'ਚ ਦਾਖਲ ਹੋਈ। ਉਹ ਆਪਣੇ ਸਮੇਂ ਦੀਆਂ ਉੱਚ ਕੋਟੀ ਦੀਆਂ ਬੁੱਧੀਮਾਨ ਇਸਤਰੀਆਂ ਵਿੱਚੋਂ ਸੀ। ਸਾਹਿਤ ਦੇ ਖੇਤਰ ਵਿੱਚੋਂ ਇੱਕ ਮਹਾਨ ਤੇ ਨਾਮਵਰ ਹਸਤੀ ਸੀ। ਬੋਧੀ ਰਿਸ਼ੀ ਮਿਸਟਰ ਨਗੁੱਚੀ ਨੇ ਆਪਣੀ ਰਿਹਾਇਸ਼ ਦੀ ਥਾਂ ਨੂੰ ਬੇਮਿਸਾਲ ਖੁਸ਼ਹਾਲੀ ਨਾਲ ਹੀ ਭਾਗ ਨਹੀਂ ਲਾਏ। ਉਹਨੇ ਆਪਣੀ ਮਕਾਨ ਮਾਲਕਣ ਦੀ ਬੇਟੀ ਕੁਮਾਰੀ ਯੁਵਾ ਸਾਸਨ ਬਾਰੇ ਭਵਿੱਖਬਾਣੀ ਕਰਕੇ ਤੇ ਪਹਿਲੀ ਉਮਰ ਵਿੱਚ ਹੀ ਵਡਮੁੱਲੇ ਤੇ ਮਹੱਤਵਪੂਰਨ ਸੁਝਾਅ ਦੇ ਕੇ ਉਹਨੂੰ ਇੱਕ ਮਹਾਨ ਔਰਤ ਬਣਾਇਆ। ਇਸ 'ਚ ਕੋਈ ਸ਼ੱਕ ਨਹੀਂ ਕਿ ਮਿਸਟਰ ਨਗੁੱਚੀ ਨੇ ਉਹਨੂੰ ਲਗਾਤਾਰ ਬੱਚਿਆਂ ਦੀ ਤਰ੍ਹਾਂ ਸਾਂਭਿਆ ਸੀ ਤੇ ਜਦੋਂ ਮੈਂ ਉਹਨੂੰ ਕਈ ਸਾਲਾਂ ਬਾਅਦ ਉਹਦੀ ਪੱਕੀ ਹੋਈ ਉਮਰ 'ਚ ਮਿਲਿਆ ਤਾਂ ਉਸ ਮਿਸ ਯੁਵਾ ਸਾਸਨ ਦੀ ਬਹੁਤ ਤਾਰੀਫ ਕੀਤੀ। ਉਸ ਅਨੁਸਾਰ ਉਹ ਜਪਾਨ ਦੀ ਕੋਈ ਔਰਤ ਸੀ ਜਿਸ 'ਚ ਪੂਰਬ ਤੇ ਪੱਛਮ ਦੇ ਸੱਭਿਆਚਾਰ ਦੇ ਸਭ ਤੋਂ ਵਧੀਆ ਤੱਤ ਸਮੋਏ ਹੋਏ ਸਨ। ਉਹ ਆਪਣੇ ਅਸਲ ਜਪਾਨੀ ਪਹਿਰਾਵੇ 'ਚ ਇੰਨੀ ਸਾਦੀ ਲੱਗਦੀ ਸੀ ਕਿ ਉਹਨੇ ਆਪਣੀ ਵਿਦਵਤਾ ਤੇ ਸੱਭਿਆਚਾਰ ਦੂਸਰਿਆਂ ਦੀਆਂ ਨਜ਼ਰਾਂ ਤੋਂ ਬੜੀ ਖੂਬੀ ਨਾਲ ਆਪਣੀ ਕਲਾਤਮਕ ਸਾਦਗੀ ਹੇਠ ਛੁਪਾਈ ਹੋਈ ਸਨ। ਉਸ ਵਿੱਚ ਪੜ੍ਹਿਆ ਲਿਖਿਆ ਵਾਲੀ ਕੋਈ ਵਿਸ਼ੇਸ਼ਤਾ ਨਹੀਂ ਸੀ। ਉਹ ਇੱਕ ਸਧਾਰਨ ਪੇਂਡੂ ਲੜਕੀ ਜਾਪਦੀ ਸੀ ਜਿਸ ਦਾ ਕੋਮਲ ਭਾਵੀ ਚਿਹਰਾ ਆਪਣੇ ਜ਼ਹਿਨੀ ਇਕਾਗਰਤਾ ਕਰਕੇ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ। ਵਿਦਵਤਾ ਦੇ ਕਿਸੇ ਤਰ੍ਹਾਂ ਦੇ ਦਿਖਾਵੇ ਤੋਂ ਬਿਨਾਂ ਹੀ ਉਹਦੀ ਹਾਜ਼ਰੀ ਵਿੱਚ ਲੋਕ ਜਿਵੇਂ ਕੀਲੇ ਜਾਂਦੇ ਸਨ। ਜੋ ਲੋਕ ਵੀ ਇਸ ਬੋਧੀ ਦੇ ਸੰਪਰਕ 'ਚ ਆਉਂਦੇ ਸਨ ਉਹ ਸੱਭਿਆ ਤੇ ਖੁਸ਼ਹਾਲ ਹੋ ਜਾਂਦੇ। ਭਾਵੇਂ ਉਹ ਹਰ ਰਾਤ ਹੀ ਸ਼ਰਾਬ ਦਾ ਇੱਕ ਹਾੜਾ ਪੀਂਦਾ, ਫਿਰ ਵੀ ਮਿਸਟਰ ਨਗੁੱਚੀ ਇੱਕ ਮਹਾਤਮਾ ਸੀ। ਇਸ ਤਰ੍ਹਾਂ ਇੱਕ ਗਰੀਬ ਕਲਰਕ ਦੇ ਭੇਸ 'ਚੋਂ ਲਗਭਗ 2 ਸਾਲ ਕਿਓਟੋ ਵਿੱਚ ਅਜਨਬੀਆਂ ਦੀ ਤਰ੍ਹਾਂ ਰਿਹਾ। ਉਹ 5 ਯੈਨਾਂ ਨਾਲ ਹੀ ਮਹੀਨਾ ਭਰ ਗੁਜ਼ਾਰਾ ਕਰਦਾ ਤੇ ਬਾਕੀ ਦੇ 10 ਯੈਨ ਆਪਣੀ ਮਾਂ ਨੂੰ ਭੇਜਦਾ। ਉਹ ਵਿਸਮਾਦ ਵਿੱਚ ਰਹਿੰਦਾ। ਉਹਨੂੰ ਨਾ ਤਾਂ ਪੈਸਿਆਂ ਦੀ ਲੋੜ ਸੀ, ਨਾ ਕੱਪੜਿਆਂ ਦੀ, ਨਾ ਹੀ ਰੋਟੀ ਦੀ। ਇੱਕ ਦਿਨ ਜਦੋਂ ਬਾਹਰ ਬਰਫ਼ ਪੈ ਰਹੀ ਸੀ ਤਾਂ ਆਮ ਦੀ ਤਰ੍ਹਾਂ ਹੀ ਨਗੁੱਚੀ ਸਟੇਸ਼ਨ ਮਾਸਟਰ ਦੇ ਕਮਰੇ ਦੀ ਅੰਗੀਠੀ 'ਚ ਕੋਲੇ ਪਾਉਣ 'ਚ ਰੁੱਝਿਆ ਹੋਇਆ ਸੀ। ਅਚਾਨਕ ਹੀ ਬਾਹਰੋਂ ਖਿੜਕੀ ਵਿੱਚੋਂ ਉਹਨੂੰ ਬੁਲਾਉਣ ਲਈ ਇੱਕ ਅਮਰੀਕਨ ਆਵਾਜ਼ ਆਈ। ਹੈਲੋ ਮਿਸਟਰ ਨਗੁੱਚੀ, ਹੈਲੋ ਮਿਸਟਰ ਨਗੁੱਚੀ, ਤੁਸੀਂ ਇੱਥੇ? ਮਿਸਟਰ ਨਗੁੱਚੀ ਨੇ ਉੱਪਰ ਦੇਖਿਆ ਤਾਂ ਅਮਰੀਕਾ ਦੀ ਥਿਓਸਾਫੀ ਸਭਾ ਦੇ ਪ੍ਰਧਾਨ ਮਿਸਟਰ ਜੀ ਸਨ। ਮਿਸਟਰ ਨਗੁੱਚੀ ਛੇਤੀ ਨਾਲ ਅੱਗੇ ਵਧੇ ਤੇ ਆਪਣਾ ਕਾਲਖ ਭਰਿਆ ਹੱਥ ਅੱਗੇ ਵਧਾ ਦਿੱਤਾ। ਹੈਲੋ ਮਿਸਟਰ ਜੇ, ਤੁਸੀਂ ਇੱਥੇ ਕਿਵੇਂ? ਸਾਡਾ ਇਸ ਦੁਨੀਆਂ 'ਚ ਫਿਰ ਕਿਵੇਂ ਮੇਲ ਹੋ ਗਿਆ ਤੇ ਇਸ ਜ਼ਿੰਦਗੀ 'ਚ ਦੋਸਤਾਂ ਨੂੰ ਦੁਬਾਰਾ ਮਿਲ ਕੇ ਕਿੰਨੀ ਖੁਸ਼ੀ ਹੁੰਦੀ ਹੈ, ਮਿਸਟਰ ਨਗੁੱਚੀ ਨੇ ਕਿਹਾ। ਆਪਣੀ ਛੋਟੀ ਜਿਹੀ ਆਪ ਬੀਤੀ ਸੁਣਾਉਂਦਾ ਉਹ ਕਹਿਣ ਲੱਗਾ, ਜ਼ਿੰਦਗੀ ਵਿੱਚ ਮੈਂ ਜੋ ਕੁਝ ਵੀ ਹਾਂ ਉਹਦੀ ਮੈਂ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ। ਜਦੋਂ ਮੈਨੂੰ ਮਿਸਟਰ ਜੇਨ ਨੇ ਬੁਲਾਇਆ ਤਾਂ ਮੈਂ ਚਾਹੁੰਦਾ ਸੀ ਜਿਸ ਤਰ੍ਹਾਂ ਦਾ ਵੀ ਹਾਂ ਉਸੇ ਤਰ੍ਹਾਂ ਹੀ ਉਹ ਮੇਰੇ ਨਾਲ ਹੱਥ ਮਿਲਾਵੇ। ਸਾਨੂੰ ਰਸਮੀ ਨਹੀਂ ਹੋਣਾ ਚਾਹੀਦਾ, ਸਾਨੂੰ ਜੀਵਨ ਦੀ ਸੱਚਾਈ ਨੂੰ ਪਛਾਣਨਾ ਚਾਹੀਦਾ ਤੇ ਆਪਣੀ ਆਤਮਾ ਦੀ ਆਵਾਜ਼ ਪਛਾਣਨੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਨਮਸਕਾਰ ਦਾ ਕ੍ਰਮ ਸਿਰਫ ਸਰੀਰਕ ਹੀ ਨਹੀਂ ਚਾਹੀਦਾ। ਮੈਂ ਤਾਂ ਸੋਚਦਾ ਹਾਂ ਕਿ ਅਸੀਂ ਆਪਣੀ ਰੂਹ ਤੋਂ ਹੱਥ ਮਿਲਾਈਏ, ਸੋ ਮੈਂ ਆਪਣੇ ਦੋਸਤ ਮਿਸਟਰ ਜੇ ਨਾਲ ਹੱਥ ਮਿਲਾਉਣ ਲਈ ਬਿਨਾਂ ਕਿਸੇ ਤਕੱਲਫ ਦੇ ਅੱਗੇ ਵਧਿਆ, ਉਵੇਂ ਜਿਵੇਂ ਮੈਂ ਆਪਣੇ ਕਾਲੇ ਹੱਥਾਂ ਤੇ ਪਾਟੇ ਕੱਪੜਿਆਂ ਵਿੱਚ ਸੀ। ਮਿਸਟਰ ਜੇ ਨਾਲ ਗੱਲ ਕਰਨ ਲਈ ਮਿਸਟਰ ਨਗੁੱਚੀ ਬਾਹਰ ਚਲਾ ਗਿਆ। ਮਿਸਟਰ ਜੇ ਨੇ ਉਹਨੂੰ ਕਿਓਟੋ ਵਿੱਚ ਰਹਿਣ ਲਈ ਕਿਸੇ ਚੰਗੀ ਆਰਾਮਦਾਇਕ ਥਾਂ ਦੀ ਦੱਸ ਪਾਉਣ ਬਾਰੇ ਗੱਲ ਕੀਤੀ। ਮਿਸਟਰ ਜੇ, ਜਿੱਥੇ ਮੈਂ ਰਹਿੰਦਾ ਉਸ ਤੋਂ ਚੰਗੀ ਥਾਂ ਹੋਰ ਕਿਹੜੀ ਹੋ ਸਕਦੀ ਹੈ, ਨਗੁੱਚੀ ਨੇ ਕਿਹਾ ਤੇ ਰਿਕਸ਼ਾ ਵਾਲੇ ਨੂੰ ਮਿਸਟਰ ਜੇ ਨੂੰ ਆਪਣੇ ਘਰ ਲੈ ਜਾਣ ਦੀ ਹਦਾਇਤ ਕੀਤੀ। ਆਪਣੀ ਮਕਾਨ ਮਾਲਕਣ ਦੇ ਨਾਂ ਉਸ ਵਿੱਚ ਉਸ ਇੱਕ ਚਿੱਟ ਵੀ ਦੇ ਦਿੱਤੀ। ਕਿਓਟੋ ਦਾ ਸਟੇਸ਼ਨ ਮਾਸਟਰ ਆਪਣੇ ਕਲਰਕ ਨੂੰ ਇੱਕ ਪਰਦੇਸੀ ਨਾਲ ਇਸ ਤਰ੍ਹਾਂ ਘੁਲ ਮਿਲ ਕੇ ਗੱਲ ਕਰਦਿਆਂ ਵੇਖ ਕੇ ਬੜਾ ਹੈਰਾਨ ਹੋਇਆ, ਪਰ ਉਸ ਆਪਣੇ ਮਨ ਹੀ ਮਨ ਸੋਚਿਆ ਕਿ ਇਹ ਸਿਰਫ ਅੰਗਰੇਜ਼ੀ ਜਾਣਨ ਵਾਲੇ ਜਪਾਨੀਆਂ ਦੀ ਆਪਣੀ ਅੰਗਰੇਜ਼ੀ ਸੁਧਾਰਨ ਲਈ ਬਾਹਰੋਂ ਆਉਣ ਵਾਲੇ ਨਵੇਂ ਆਦਮੀਆਂ ਨਾਲ ਵਾਕਫੀਅਤ ਬਣਾਉਣ ਦੀ ਉਤਸੁਕਤਾ ਹੀ ਹੋ ਸਕਦੀ ਹੈ।
ਫਿਰ ਵੀ ਉਹ ਇਸ ਸੋਚ ਵਿੱਚ ਉਲਝ ਗਿਆ, ਜਿਵੇਂ ਹੀ ਮਿਸਟਰ ਨੋਗੁਚੀ ਆਪਣੇ ਦਫ਼ਤਰ 'ਚ ਦਾਖਲ ਹੋਇਆ, ਸਟੇਸ਼ਨ ਮਾਸਟਰ ਨੇ ਉਸ ਪਰਦੇਸੀ ਬਾਰੇ ਪੁੱਛਿਆ। ਉਹ ਜਾਣਨਾ ਚਾਹੁੰਦਾ ਸੀ ਕਿ ਉਹਨੇ ਉਸ ਪਰਦੇਸੀ ਨੂੰ ਇੰਨੀ ਬੇਤਕਲਫੀ ਨਾਲ ਕਿਉਂ ਨਮਸਕਾਰ ਕੀਤੀ ਸੀ ਤੇ ਉਹਨੇ ਉਹਨੂੰ ਮਿਸਟਰ ਨੋਗੁਚੀ ਕਹਿ ਕੇ ਕਿਉਂ ਬੁਲਾਇਆ ਸੀ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਦਫ਼ਤਰ 'ਚ ਦਿੱਤਾ ਹੋਇਆ ਨਾਂ ਤਾਂ ਉਹ ਨਹੀਂ ਹੈ ਜਿਸ ਦੇ ਖਿੜਕੀ ਵਿੱਚ ਦੀ ਲਹਿ ਜਾਣ ਤੇ ਤੁਸੀਂ ਹੁੰਗਾਰਾ ਭਰਿਆ ਸੀ। ਇਸ ਵਿੱਚ ਕੋਈ ਰਹੱਸ ਲੱਗਦਾ ਹੈ, ਤੁਸੀਂ ਕੌਣ ਹੋ? ਸਟੇਸ਼ਨ ਮਾਸਟਰ ਨੇ ਪੁੱਛਿਆ। ਹਜ਼ੂਰ, ਮੈਂ ਤੁਹਾਡਾ ਅਦਨਾ ਜਿਹਾ ਕਲਰਕ ਹਾਂ, ਮਿਸਟਰ ਨੋਗੁਚੀ ਨੇ ਜਪਾਨੀਆਂ ਵਾਂਗ ਇੱਜ਼ਤ ਨਾਲ ਝੁੱਕ ਕੇ ਕਿਹਾ। ਫਿਰ ਉਹ ਪਰਦੇਸੀ ਕੌਣ ਸੀ? ਸਟੇਸ਼ਨ ਮਾਸਟਰ ਨੇ ਪੁੱਛਿਆ। ਉਹ ਮੇਰਾ ਇੱਕ ਪੁਰਾਣਾ ਦੋਸਤ ਹੈ ਜਿਸ ਨਾਲ ਮੇਰੀ ਵਾਕਫੀਅਤ ਅਮਰੀਕਾ 'ਚ ਹੋਈ ਸੀ। ਇੱਥੇ ਅਸੀਂ ਕਈ ਸਾਲਾਂ ਬਾਅਦ ਮਿਲੇ ਹਾਂ, ਮਿਸਟਰ ਨੋਗੁਚੀ ਨੇ ਉੱਤਰ ਦਿੱਤਾ। ਸੋ ਤੁਸੀਂ ਅਮਰੀਕਾ ਵੀ ਗਏ ਸੀ? ਕੀ ਫਿਰ ਤੁਸੀਂ ਜੈਨਸ਼ਿਰੋ ਹੋ? ਉਹ ਮਸ਼ਹੂਰ ਜੈਨਸ਼ਿਰੋ ਜੋ ਅਮਰੀਕਾ ਵਿੱਚ ਸਾਡੇ ਸ਼ਾਨਦਾਰ ਧਰਮ ਬਾਰੇ ਸਿੱਖਿਆ ਦੇਣ ਲਈ ਗਿਆ ਸੀ, ਸਟੇਸ਼ਨ ਮਾਸਟਰ ਨੇ ਖੁਸ਼ੀ 'ਚ ਫਾਵੇ ਹੁੰਦਿਆਂ ਕਿਹਾ। ਮਿਸਟਰ ਜੈਡ ਨੋਗੁਚੀ ਚੁੱਪ ਚਾਪ ਖੜੇ ਰਹੇ। ਜਦੋਂ ਸਟੇਸ਼ਨ ਮਾਸਟਰ ਬੋਲ ਰਿਹਾ ਸੀ, ਉਹਦੀਆਂ ਨਜ਼ਰਾਂ ਧਰਤੀ 'ਤੇ ਗੱਡੀਆਂ ਰਹੀਆਂ। ਮਿਸਟਰ ਨੋਗੁਚੀ, ਤੁਸੀਂ ਆਪਣਾ ਭੇਸ ਬਦਲ ਕੇ ਪਿਛਲੇ 2 ਸਾਲ ਜੋ ਮੇਰੀਆਂ ਝਾੜਾਂ ਖਾਧੀਆਂ ਹਨ, ਉਸ ਨਾਲ ਤੁਸੀਂ ਮੈਨੂੰ ਮੇਰੀਆਂ ਆਪਣੀਆਂ ਨਜ਼ਰਾਂ 'ਚ ਗਿਰਾ ਦਿੱਤਾ ਹੈ। ਮੈਂ ਤੁਹਾਡੇ ਨਾਲ ਕਿੰਨਾ ਬੁਰਾ ਸਲੂਕ ਕਰਦਾ ਰਿਹਾ, ਮੈਨੂੰ ਨਹੀਂ ਸੀ ਪਤਾ ਮੈਨੂੰ ਕਿ ਮੈਂ ਇੱਕ ਮਹਾਨ ਕਵੀ, ਪੇਂਟਰ, ਦਾਰਸ਼ਨਿਕ ਤੇ ਬੋਧੀ ਰਿਸ਼ੀ ਨਾਲ ਅਜਿਹਾ ਸਲੂਕ ਕਰ ਰਿਹਾ। ਮੈਨੂੰ ਮਾਫ਼ ਕਰ ਦਿਓ, ਮੈਨੂੰ ਇਸ ਸਾਰੀ ਬਦਤਮੀਜ਼ੀ ਲਈ ਮਾਫ਼ ਕਰ ਦਿਓ। ਇਹ ਕਹਿੰਦਿਆਂ ਸਟੇਸ਼ਨ ਮਾਸਟਰ ਨੇ ਮਿਸਟਰ ਨੋਗੁਚੀ ਦੇ ਕਦਮਾਂ ਹੇਠੋਂ ਧੂੜ ਲੈ ਕੇ ਆਪਣੇ ਮੱਥੇ ਤੇ ਛਾਤੀ ਨੂੰ ਲਾਈ। ਧੰਨਵਾਦ।